ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ। ਦੁਆ ਕਰਨਾ ਮੇਰੇ ਤਮਾਮ ਬੈਂਡ ਵੀਰਾਂ ਜਿੱਥੇ ਮੈਂ ਖੁਸ਼ ਰਹਿਣ ਬਾਦ ਰਹੇ ਹਮੇਸ਼ਾ ਵਾਸਤੇ ਮੁਸਕਰਾਉਂਦੇ ਰਹੋ, ਤਿਆਰੀ ਜਿਹੜੀ ਹੋ ਗਈ ਆ ਮੁਕੰਮਲ। ਔਰ ਸਾਰੇ ਬੈਂਡ ਵੀ ਕਮੈਂਟ ਕਰਕੇ ਦੱਸਣਾ ਕਿ ਸੂਟ ਕੈਸਾ ਲੱਗ ਰਿਹਾ। ਨੁਮਾਨ ਵੀ ਤਿਆਰ ਹੋ ਗਏ, ਐਡਵਾਂਸ ਮੋਟਰਸਾਈਕਲ 'ਤੇ ਜਿਹੜਾ ਬੈਠਾ, ਬਾਕੀ ਬੇਗਮ ਬੱਚੇ ਉਹ ਵੀ ਤਿਆਰ ਹੋ ਗਏ ਔਰ ਅਸੀਂ ਵੀ ਜਿਹੜਾ ਨਾ ਨਿਕਲ ਰਹੇ ਹਾਂ। ਹਾਂਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ। ਤੇ ਮੈਂ ਵੀ ਜਿਹੜਾ ਤਿਆਰ ਹੋ ਗਿਆ, ਬੱਚੇ ਵੀ ਹੋ ਗਏ, ਅਸੀਂ ਹੁਣ ਜਿਹੜਾ ਨਾ ਚੱਲਿਆ ਮੈਂ ਕਹਿੰਦਾ ਤੇ ਨੁਮਾਨ ਬਹੁਤ ਜ਼ਿਆਦਾ ਖੁਸ਼ ਹੈ। ਮੈਂ ਤੇ ਜਿਹੜਾ ਨਾ ਉਹ ਵੇਖ ਖਾ ਦੇ ਕੱਪੜੇ ਵਗੈਰਾ ਟੰਗ ਦੀ ਨਾਲ ਨਾਸ਼ਤਾ ਕੀਤਾ ਦੁਕਾਨ 'ਚ, ਇਹਨਾਂ ਨੇ ਬਦਾਮ ਚਾਹ ਕੇ ਆਉਂਦੇ ਤਾਂ ਸਾਰਾ ਜਿਹਨੇ ਇੱਥੇ ਤੋੜ ਤੋੜ ਖਾਂਦੇ ਰਹਿਣਾ, ਲਾ ਕੇ ਰੱਖ ਦੇ ਰਸਤੇ ਡਿੱਗ ਪਾਉਣਾ। ਤੇ ਇਨਸ਼ਾਅੱਲਾ ਅਸੀਂ ਵੀ ਜਿਹੜਾ ਨਿਕਲਨੇ ਆ ਰਸਤੇ 'ਚ, ਫਿਰ ਤੁਹਾਡੇ ਨਾਲ ਗੱਲ ਹੋਵੇਗੀ। ਦੋ ਕਿਲੋਮੀਟਰ ਪਿੰਡ ਹਾਂਜੀ। ਤੇ ਅਸੀਂ ਵੀ ਪਿੰਡ ਜਿਹੜੇ ਨਾਲ ਪਹੁੰਚ ਗਏ ਔਰ ਜੀ ਟਾਈਮ ਹੋ ਗਿਆ 3:30 ਦਾ, ਕਿਉਂਕਿ ਅਸੀਂ ਵੀ ਜਿਹੜੇ ਆਇਆ ਨਾ ਪਾਣੀ ਪੀਤਾ, ਰੋਟੀ ਖਾਧੀ ਆ ਔਰ ਦੁਪਹਿਰ ਟਾਈਮ ਰੈਸਟ ਕੀਤੀ ਔਰ ਹੁਣ ਵਾਪਸੀ ਜਾਣ ਦੀ ਤਿਆਰੀ ਆ। ਬੱਚੇ ਵੀ ਤਿਆਰ, ਚੱਲੀਏ। ਹਾਂਜੀ ਤਿਆਰ ਹੋ ਗਏ ਨੇ ਔਰ ਵਿਲਾਗ ਕੋਈ ਨਹੀਂ ਬਣਾਇਆ, ਆਉਂਦੇ ਲਾ ਕੇ ਗਰਮੀ ਕਾਫੀ ਸਾਰੀ ਸੀ, ਇੱਕ ਖਾ ਗਿਆ ਸੀ ਮੈਂ ਜਿਹੜਾ, ਆਉਂਦੇ ਲਾ ਆਰਾਮ ਕੀਤਾ ਸੀ, ਰੋਟੀ ਖਾਧੀ ਆ ਤੇ ਹੁਣ ਅਸੀਂ ਜਿਹੜਾ ਘਰ ਵਾਪਸ ਜਿਹੜਾ ਜਾ ਰਹੇ। ਮੈਂ ਹੁਣ ਜਾਵਾਂਗੇ ਨਾ, 3:30 ਦਾ ਟਾਈਮ ਹੋ ਗਿਆ ਤਕਰੀਬਨ, ਅਸੀਂ ਉਮੀਦ ਆ ਇਨਸ਼ਾਅੱਲਾ 5 ਵਜੇ ਤੱਕ ਜਿਹੜਾ ਘਰੇ ਪਹੁੰਚ ਜਾਵਾਂਗੇ। ਉਸ ਤੋਂ ਬਾਅਦ ਮਿਸਤਰੀ ਭਾਈ ਨੂੰ ਕਾਲ ਕਰਾਂਗੇ ਨਾ, ਤਾਂ ਕਿ ਜਿਹੜਾ ਅੱਜ ਕੰਮ ਇੱਕੋ ਛੋਟਾ ਜਿਹਾ ਰਹਿੰਦਾ ਉਹ ਕਰ ਲਵਾਂਗੇ। ਵਾਸ਼ਰੂਮ 'ਚ ਜਿਹੜਾ ਬਲੱਬ ਜਿਹੜਾ ਉਹ ਲਾਉਣਾ, ਬਲੱਬ ਲੱਗ ਜਾਵੇਗਾ ਅਤੇ ਦੂਸਰੀ ਪੰਪ ਦਾ ਜਿਹੜਾ ਬੋਰਡ ਲਾਉਣਾ ਉਹ ਲੱਗ ਜਾਵੇਗਾ। ਸਵੇਰੇ ਜਿਹੜਾ ਫਿਰ ਦੀਵਾਰ ਦਾ ਕੰਮ ਤਾਂ ਕਿ ਜਿਹੜਾ ਸ਼ੁਰੂ ਕਰਾਂਗੇ। ਹਾਂਜੀ ਅਤੇ ਘਰ ਵਾਪਸ ਪਹੁੰਚਿਆ, ਦੁਕਾਨ ਖੋਲ੍ਹ ਲਈ ਆ, ਨੁਮਾਨ ਬੈਠਾ ਦੁਕਾਨ 'ਤੇ ਔਰ ਕੰਮ ਵਗੈਰਾ ਤਾਂ ਕਾਫੀ ਸਾਰਾ ਜਿਹੜਾ ਘਰ ਵਾਲਾ ਕਰਨ ਦਾ ਪਿਆ, ਲੇਕਿਨ ਜਿਹੜਾ ਥੱਕ ਗਿਆ, ਕੰਮ ਕੁਛ ਵੀ ਨਹੀਂ ਕੀਤਾ ਲੇਕਿਨ ਥੱਕ ਗਿਆ, ਕਿਉਂਕਿ ਸਫ਼ਰ ਕਾਫੀ ਸਾਰਾ ਜਿਹਾ ਬਣ ਜਾਂਦਾ ਇੱਕ ਮੋਟਰਸਾਈਕਲ। ਫਿਰ ਅਸੀਂ ਜਿਹੜਾ ਮਾਸ਼ਾਅੱਲਾ ਜਿਹੜਾ ਪੂਰੀ ਫੈਮਿਲੀ ਹੁੰਦੇ ਹਾਂ 5 ਜਣੇ, ਇਸ ਵਜ੍ਹਾ ਤੋਂ ਜਿਹੜਾ ਕਾਫੀ ਸਾਰਾ ਜਿਹਾ ਥੱਕ ਗਿਆ, ਕੰਮ ਵਗੈਰਾ ਹੁਣ ਬਿਲਕੁਲ ਨਹੀਂ ਹੁੰਦਾ, ਸ਼ਾਮ ਹੋ ਗਈ ਆ, ਕਿਉਂਕਿ ਅਸੀਂ ਵਿਲਾਗ ਵੀ ਕੋਈ ਨਹੀਂ ਬਣਿਆ, ਇੱਥੋਂ ਗਏ ਹੀ ਹਾਂ ਸਮਝ ਲਓ ਕਿ ਜਾਂਦੇ ਜਾ ਕੇ ਪਹਿਲੇ ਪਾਣੀ ਪੀਤਾ, ਫਿਰ ਰੋਟੀ ਉਹਨਾਂ ਨੇ ਬਣਾਈ, ਰੋਟੀ ਖਾਧੀ ਔਰ ਦੁਪਹਿਰ ਟਾਈਮ ਜਿਹੜਾ ਸੌ ਗਿਆ, ਰੈਸਟ ਕੀਤੀ। ਇਸ ਵਜ੍ਹਾ ਤੋਂ ਜਿਹੜਾ ਵਿਲਾਗ ਵੀ ਫਿਲਹਾਲ ਜਿਹੜਾ ਕੋਈ ਨਹੀਂ ਬਣਿਆ ਔਰ ਹੁਣ ਬੇਗਮ ਜਿਹੜਾ ਦੁੱਧ ਜਿਹੜਾ ਬੱਚਿਆਂ ਵਾਸਤੇ ਜਿਹਨੂੰ ਉਬਾਲਦੀ, ਕਿਉਂਕਿ ਅਸੀਂ ਜਿਹੜਾ ਸਵੇਰੇ ਫਸਟ ਟਾਈਮ ਨਿਕਲ ਗਏ ਸੀ ਨਾ, ਅਤੇ ਉਧਰੋਂ ਜਿਹੜਾ ਅਸੀਂ ਲੇਟ ਆਇਆ, ਦੁੱਧ ਜਿਹੜਾ ਲੈ ਕੇ ਬਾਈ ਉਹਨਾਂ ਰੱਖਿਆ ਸੀ, ਦੁੱਧ ਜਿਹੜਾ ਹੁਣ ਲਿਆ ਕੇ ਹੁਣ ਜਿਹੜਾ ਉਬਾਲ ਰਹੀ ਆ ਬੱਚਿਆਂ ਵਾਸਤੇ। ਔਰ ਸਵੇਰੇ ਜਿਹੜਾ ਅਸੀਂ ਵੀ ਆ ਦੀਵਾਰ ਦਾ ਕੋਈ ਆ ਜਾਂਦਾ ਨਾ ਬਾਈ, ਫਿਰ ਪਤਾ ਚੱਲ ਗਿਆ ਤਾਂ ਔਰ ਇਹ ਸਵੇਰੇ ਲਾਜ਼ਮੀ ਸੀ ਤੰਦੂਰ ਹੈ ਜਿਹੜਾ ਤੂਤ ਬਾਲ ਲੈਣਾ, ਕਿਉਂਕਿ ਜਿਹੜਾ ਪਿਆ ਹੋਇਆ ਕਚਰਾ ਵੀ ਖਤਮ ਹੋਵੇਗਾ, ਮੋਟੀ ਲੱਕੜ ਜਿਹੜੀ ਇਹਨੂੰ ਕੱਢ ਲਵਾਂਗੇ ਨਾ, ਬਾਕੀ ਤੂਤ ਦੇਣਾ ਬਾਲ ਲਵਾਂਗੇ। ਔਰ ਚੱਲਣਾ ਮੈਂ ਵੀ ਦੁਕਾਨ 'ਤੇ, ਅੱਜ ਦਾ ਸਮਾਂ ਮਤਲਬ ਵਲਾਗ ਬਿਲਕੁਲ ਛੋਟਾ ਜਿਹਾ ਬਣਿਆ। ਹਾਂਜੀ ਅਤੇ ਮੈਂ ਵੀ ਆ ਗਿਆ ਬੈਰ ਦੁਕਾਨ 'ਤੇ, ਸਵੇਰੇ ਪਾਣੀ ਵੀ ਜਿਹੜਾ ਲਾਜ਼ਮੀ ਜਿਹੜਾ ਇੱਥੇ ਛਿੜਕਣਾ, ਕਿਉਂਕਿ ਗੱਟਾ ਮਿੱਟੀ ਕਾਫੀ ਸਾਰਾ ਪਾਣੀ ਅਸੀਂ ਅੱਜ ਜਿਹੜਾ ਛਿੜਕਣਾ ਸੀ, ਲੇਕਿਨ ਅੱਜ ਮੈਂ ਉੱਧਰ ਚਲਾ ਗਿਆ, ਇਸ ਕਰਕੇ ਲੇਕਿਨ ਸਵੇਰੇ ਲਾਜ਼ਮਨ ਜਿਹੜਾ ਇੱਥੇ ਪਾਣੀ ਦੇ ਜਿਹੜਾ ਛਿੜਕਾਅ ਕਰਨਾ। ਔਰ ਕਾਫੀ ਸਾਰੇ ਭੈਣਾਂ ਬਾਈਆਂ ਦੇ ਜਿਹੜਾ ਕਮੈਂਟ ਵੀ ਆਇਆ ਸੀ ਕਿ ਯਾਰ ਬਾਈ ਤੁਸੀਂ ਜਿਹੜਾ ਇਹ ਸਾਈਡ ਵਾਲ ਜਿਹੜਾ ਆਪਣਾ ਓਪਨ ਕਿਚਨ ਜਿਹੜਾ ਬਣਾ ਲਓ, ਔਰ ਇੱਕ ਤਾਂ ਜਿਹੜਾ ਬਾਈ ਜਿਹੜਾ ਦੇਗਾ ਨਹੀਂ ਲੈ ਕੇ ਗਿਆ ਔਰ ਉੱਥੋਂ ਜਿਹੜਾ ਲੱਗਣ ਲੱਗਿਆ ਇੰਝ ਕਰਕੇ ਮੰਜੇ ਵਾਲੀ ਸਾਈਡ ਵੱਲੋਂ, ਅਤੇ ਨਾਲ ਜਿਹੜਾ ਕੱਪੜੇ ਜਿਹੜਾ ਖਰਾਬ ਹੋ ਵੀ ਇਹ ਸਾਈਡ ਵਾਲਾ ਜਿਹੜਾ ਦਰਖਤ ਖਤਮ ਕਰ ਦਿਓ,
ਇਹ ਸਾਈਡ ਵੱਲ ਤੁਸੀਂ ਜਿਹੜਾ ਓਪਨ ਕਿਚਨ ਜਿਹੜਾ ਬਣਾਓ, ਔਰ ਬਿਲਕੁਲ ਜਿਹੜਾ ਤੁਸੀਂ ਵਿਲਾਗ ਜਿਹੜਾ ਦੇਖਿਆ ਹੋਣਾ ਪਰਸੋਂ ਵਾਲਾ, ਉਹਦੇ 'ਚ ਮੈਂ ਇਹ ਗੱਲ ਕੀਤੀ ਸੀ ਕਿ ਅਸੀਂ ਜਿਹੜਾ ਉਹਦੀ ਸਾਈਡ ਤੋਂ ਜਿਹੜਾ ਕਿਚਨ ਲੈਣਾ ਹਟਾ, ਕਿਚਨ ਹਟਾ ਕੇ ਅਤੇ ਸਾਰਾ ਇੱਕ ਤੋਂ ਰਸਤੇ ਦੇ ਵਿੱਚ ਖੜਾ ਹੋਇਆ ਉਹਨਾਂ ਨੂੰ ਅੱਗੇ ਤੰਦੂਰਾਂ ਦੀ ਮਿੱਟੀ ਜਿਹੜੀ ਸੀ ਉਹ ਉੱਥੇ ਅੱਗੇ ਸਟਾਣੀਆਂ, ਕਿਉਂਕਿ ਤੰਦੂਰਾਂ ਵਾਲਾ ਸਾਰਾ ਸਿਸਟਮ ਅਸੀਂ ਉਹ ਸਾਈਡ ਵੱਲ ਲੈ ਕੇ ਜਾਣਾ ਜਿੰਨੇ ਕੁ ਤੰਦੂਰ ਬਣਾਉਣੇ, ਮਿੱਟੀ ਵੀ ਉੱਧਰ ਲੈ ਜਾਣੀ, ਰੇਤ ਵੀ ਗੋਣੀ ਥਈਏ, ਟੋਏ ਵੀ ਥਈਏ, ਇੱਕ ਲੁੱਕਾ ਨਾਲ ਬਣਾ ਲੈਣੇ. ਇਸ ਤਰ੍ਹਾਂ ਦੇ ਅਸੀਂ ਬੂਟੇ ਖਤਮ ਕਰਨੇ ਨੇ, ਖਤਮ ਕੋਈ ਨਹੀਂ ਕਰਨੇ ਨੇ, ਫਿਲਹਾਲ ਇਹਨਾਂ ਨੂੰ ਪੱਟ ਕੇ ਇੱਕ ਸਾਈਡ 'ਤੇ ਲਾ ਲੈਣਾ, ਤਿੰਨੇ ਚਾਰੇ ਬੂਟੇ ਪੱਟ ਲੈਣੇ. ਇੱਥੇ ਉੱਪਰ ਇੱਕ ਜਿਹੜਾ ਵਾਂਸਾਂ ਦਾ ਛੱਪਰ ਵਗੈਰਾ ਬਣਾ ਲਵਾਂਗੇ ਤਾਂ ਕਿ ਬਾਰਿਸ਼ ਤੋਂ ਵੀ, ਗਰਮੀ ਤੋਂ ਵੀ, ਸਰਦੀ ਤੋਂ ਵੀ, ਹਰ ਕਿਸਮ ਵੱਲੋਂ ਕਿਚਨ ਜਿਹੜਾ ਸੇਫ ਹੋਵੇਗਾ. ਸਰਦੀਆਂ 'ਚ ਤਾਂ ਫਿਲਹਾਲ ਮਾਸ਼ਾਅੱਲਾ ਸਾਡਾ ਇਹਦਾ ਕਿਚਨ ਹੈਗਾ ਪੱਕਾ, ਪਰੇਸ਼ਾਨੀ ਕੋਈ ਨਹੀਂ ਆ, ਲੇਕਿਨ ਗਰਮੀਆਂ 'ਚ ਉਸ ਕਿਚਨ 'ਚ ਰੋਟੀ ਬਣਾਉਣਾ ਕਾਫੀ ਮੁਸ਼ਕਿਲ ਹੋ ਜਾਂਦਾ. ਸਮਝੋ ਕਿ ਇੱਥੇ ਬਾਹਰ ਓਪਨ ਏਰੀਏ 'ਚ ਅੱਗ 'ਤੇ ਨਹੀਂ ਬੈਠਿਆ ਜਾਂਦਾ, ਇੱਕ ਹਵਾ ਕੋਈ ਨਹੀਂ ਹੁੰਦੀ ਆ, ਲੇਕਿਨ ਉੱਥੇ ਅੰਦਰ ਜਿਹੜਾ ਅੱਗ 'ਤੇ ਬਹਿਣਾ ਬਹੁਤ ਮੁਸ਼ਕਿਲ ਆ. ਇਸ ਵਜ੍ਹਾ ਤੋਂ ਓਪਨ ਕਿਚਨ ਜਿਹੜਾ ਗਰਮੀਆਂ ਦਾ ਬਹੁਤ ਜ਼ਿਆਦਾ ਜ਼ਰੂਰੀ ਆ. ਤੰਦੂਰ ਵੀ ਹੁਣ ਅਸੀਂ ਕਿਚਨ ਦੇ ਅੰਦਰ ਨਹੀਂ ਲਾ ਸਕਦੇ, ਇਸ ਕਰਕੇ ਤੁਸੀਂ ਇੱਕ ਸਾਈਡ ਵੱਲ ਜਿਹੜਾ ਤੰਦੂਰ 'ਤੇ ਅਸੀਂ ਸੈਟਿੰਗ ਵਗੈਰਾ ਜਿਹੜਾ ਲਾਜ਼ਮਨ ਜਿਹੜਾ ਕਰਾਂਗੇ. ਹਾਂਜੀ, ਅਤੇ ਮੈਂ ਵੀ ਬਹਿਰ ਦੁਕਾਨ 'ਤੇ ਆ ਗਿਆ, ਔਰ ਅੱਜ ਦੇ ਵਾਲਾ ਵਿਲਾਗ ਵੀ ਕਰ ਰਹੇ ਹਾਂ ਇੱਥੇ ਖਤਮ. ਇਨਸ਼ਾਅੱਲਾ ਮਿਲਿਆ ਇੱਕ ਸਨੈਕਸ ਅਤੇ ਅੱਛੇ ਵਿਲਾਗ ਦੇ ਵਿੱਚ. ਆਪਣਾ ਢੇਰ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਇਹਨਾਂ ਦੁਆਵਾਂ ਦੇ ਨਾਲ ਦਿਓ ਇਜਾਜ਼ਤ. ਅੱਲਾ ਹਾਫਿਜ਼.